ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਸਾਡੇ ਚੈਨਲ ਦੇ ਵਿੱਚ। ਅੱਜ ਮੈਂ ਇੱਧਰ ਵਾਲੇ ਚੈਨਲ 'ਤੇ ਫਿਰਦਾ। ਆਪਾਂ ਕਿਰਾਏ ਵਾਲੇ ਬੰਦੇ, ਆਪਾਂ ਨੂੰ ਕੋਈ ਵੀ ਉਹ ਕਰ ਸਕਦਾ। ਤੇ ਪਹਿਲਾਂ ਕੱਲੇ ਮੇਰਾ ਬਲੌਗ ਲਾਂਚ ਹੋ ਗਿਆ ਤੇ ਦੂਜੇ ਚੈਨਲ 'ਤੇ ਚੈਨਲ ਆਪਣੇ ਨੇ ਸਾਰੇ, ਇਹ ਸਾਰੇ 'ਚ ਅੱਧਾ ਅੱਧਾ ਆਪਾਂ ਹਿੱਸਾ ਸੁਖਬੀਰ ਬਾਦਲ ਵਾਂਗੂ ਪਾਇਆ ਹੋਇਆ। ਤੇ ਉੱਧਰ ਵੀ ਬੰਦੇ ਤਿਆਰ ਨੇ, ਮੀਂਹ ਪੈਂਦੇ ਜਾਓ, ਪਿੱਛੇ ਤੁਹਾਨੂੰ ਦੇਖੇ ਰਿਹਾ ਬੱਦਲ। ਤੇ ਨਹੀਂ ਸੋਹਣਾ ਨੀ ਬਦਲ ਗਿਆ, ਇਹ ਟੇਲਰ ਸਾਡੇ ਬੁਕਿੰਗ ਤੇ ਨੇ, ਤੇ ਵਰਲਡ ਆਫ ਫੈਸ਼ਨ ਬੁਟੀਕ। ਇਹ ਅੱਜ ਬੁਕਿੰਗ ਕਰਾਓ, ਅਗਲੇ ਸਾਲ ਸੂਟ ਮਿਲੂ। ਤੇ ਚਲੋ ਹੁਣ ਮਿਲਦੇ ਆ ਤੁਹਾਨੂੰ, ਜਾ ਕੇ ਕਿੱਥੇ ਜਾਈਏ ਪਹਿਲਾਂ ਦੇਖਦੇ ਆ। ਦੋ ਬੰਦੇ ਅਸੀਂ ਰਾਹ 'ਚ ਖੜਾਏ ਹੋਏ ਨੇ, ਉਹ ਵੀ ਦਿਖਾਉਂਦੇ ਆ ਤੁਹਾਨੂੰ ਰਾਹ 'ਚ। ਇੱਧਰ ਨੂੰ ਯਾਰ ਮੀਂਹ ਨਹੀਂ ਹੈਗਾ, ਆਪਾਂ ਇੱਧਰ ਨੂੰ ਚੱਲਦੇ ਆ ਫਿਰ, ਜਿੱਧਰ ਨੂੰ ਮੀਂਹ ਨਹੀਂ ਹੈਗਾ ਉੱਧਰ ਨੂੰ ਚੱਲ ਪਓ। ਓਹ ਹੋ, ਲਓ ਜੀ, ਰਸਤੇ ਜਾਂਦੇ ਜਾਂਦੇ ਆਪਾਂ ਪਹਿਲਾਂ ਰੁਕੇ ਗੁਰਦੁਆਰਾ ਚਸ਼ਮਾ ਸਾਹਿਬ। ਅਸੀਂ ਸੋਚਿਆ ਕਿ ਮੱਥਾ ਟੇਕ ਲਈਏ, ਔਰ ਇੱਥੇ ਚੱਲ ਰਹੀ ਹੈ ਅੱਜ ਲੈਟਰ ਦੀ ਸੇਵਾ। ਨਵਾਂ ਦਰਬਾਰ ਸਾਹਿਬ ਵੱਡਾ ਕੀਤਾ ਜਿਹੜਾ ਨਵਾਂ ਬਣਿਆ, ਉੱਧਰ ਰਹੇ ਆਪਣੇ ਬਾਕੀ ਬੰਦੇ। ਆ ਪਤਾ ਨਹੀਂ ਮੁੰਡਾ ਕਿੱਧਰਲੇ ਰਸਤੇ ਦੀ ਲੈ ਕੇ ਚੱਲਿਆ, ਸਾਰਾ ਕੱਚਾ ਰਸਤਾ। ਮੈਨੂੰ ਤਾਂ ਸੱਟ ਕੀ ਦਾ ਚਲਿਆ ਜਾਈ, ਮੈਨੂੰ ਪਿਛਲੇ ਮੋਟਰਸਾਈਕਲ ਤੇ ਗੱਪੇ ਬਿਠਾਈ ਲਈ ਆਉਣ, ਆਪ ਕੱਲਾ ਹੀ ਕੱਲਾ ਮਾਰਦਾ ਜਾਈ ਜਾ। ਸਾਰਾ ਮੂੰਹ ਨੂੰ ਪਾਊਡਰ ਪਾਊਡਰ ਲਾਤਾ, ਉੱਥੇ ਜਾ ਕੇ ਤੁਹਾਨੂੰ ਸ਼ਕਲ ਦਿਖਾਉਣੀ ਹੈ, ਮੂੰਹ ਤੇ ਪਲਕਾ ਪੁਲਕਾ ਹੈ, ਪਾਊਡਰ ਨਾਲ ਭਰੀਆਂ ਜਾ ਚੁੱਕੀਆਂ ਨੇ। ਆਉਂਦੇ ਨੇ ਪਿਛਲੇ, ਉਹਨਾਂ ਨੂੰ ਵੱਧ ਪਾਊਡਰ ਨਾ ਭਰਤਾ। ਉਹ ਚੱਲੇ ਬੰਦੇ ਅੰਦਰ ਦੋ ਆਪਣੇ, ਆਉਂਦੇ ਆਉਂਦੇ ਆ ਅਸੀਂ ਜਲੋ ਜਾਂਦੇ ਤੁਸੀਂ। ਲਓ ਜੀ, ਪਹੁੰਚ ਗਏ ਆਪਾਂ ਡੀ ਮਾਰਟ, ਅਤੇ ਹੁਣ ਦੇਖਦੇ ਹਾਂ ਕੀ ਲੈਂਦੇ ਹਾਂ ਉਦੋਂ। ਪਹੁੰਚੇ ਬਹੁਤ ਔਖੇ ਹਾਂ, ਪਰ ਅੱਗੇ ਜਾ ਕੇ ਦੇਖਦੇ ਹਾਂ। ਅਤੇ ਆ ਗੋਬਿੰਦਗੜ੍ਹ ਵਾਲੇ ਡੀ ਮਾਰਟ ਦੀ ਪਾਰਕਿੰਗ, ਮੇਨ ਰੋਡ 'ਤੇ ਹੀ ਹੈ ਇਹ। ਉਹ ਚੈਕਿੰਗ ਕਰਾ ਰਹੇ ਨੇ ਬੰਦੇ ਆਪਣੇ। ਲਓ ਭਾਈ, ਪਹਿਲਾਂ ਹੀ ਖਾਣ ਪੀਣ ਵਾਲੇ ਚੱਕਰ 'ਚ ਪੈ ਗਏ ਤਾਂ। ਕੌਫੀ, ਇਹ ਕੀ ਆ, ਕੀ ਆ ਇਹ, ਸ਼ੂਗਰ ਫਰੀ ਲਿਆ ਮੰਮੀ ਨੇ ਲਈ, ਸ਼ੂਗਰ ਫਰੀ ਕੀ ਆ ਦਿਖਾਈ, ਕੀ ਲਿਆ ਆਪਾਂ, ਆ ਦਿਖਾਈ ਤਾਂ ਕੀ ਲਿਆ ਆਪਾਂ, ਹੈਲੋ ਦਿਖਾਈ ਤਾਂ ਕੀ ਲਿਆ ਆਪਾਂ, ਉਹ ਆਪਾਂ ਮੰਮੀ ਲਈ ਲੈ ਲਿਆ ਸ਼ੂਗਰ ਫਰੀ, ਸ਼ੂਗਰ ਲੈ ਲਿਆ ਸ਼ੂਗਰ ਫਰੀ ਸ਼ੂਗਰ। ਹੁਣ ਦੇਖਦੇ ਆ ਕੀ ਬਣਦਾ ਅੱਗੇ। ਇੱਧਰ ਖਾਣ ਪੀਣ ਵਾਲਾ ਸਮਾਨ, ਬੱਚੇ ਵਾਲੀ, ਮੈਂ ਵੀ ਬੱਚਿਆਂ, ਹਾਂ ਇਹ ਗੱਲ ਹੈਗੀ ਬਈ, ਇੱਜ਼ਤ ਕਮਾਈ ਹੋਈ ਹੈ ਇਹਨੇ, ਇੱਜ਼ਤ ਕਮਾਈ ਹੋਈ ਆ ਪਾਰਲੇ ਜੀ ਨੇ। ਆ ਲੈ ਲਿਆ ਆਪਾਂ, ਕੀ ਆ ਇਹ, ਜਿੰਜਰ ਗਾਰਲਿਕ ਪੇਸਟ, ਇਹ ਲੈ ਲਿਆ ਆਪਾਂ,
ਕੀ ਹੋ ਗਿਆ? ਮਨਦੀਪ ਨੇ ਸਵੇਰੀ ਫੋਟੋ ਪਾਈ ਹੋਈ ਸੀ ਗੁੰਦ ਦੇ ਲੱਡੂ, ਆ ਹੁੰਦੇ ਨੇ ਆਪਣੇ ਜੀਆ ਕਹਿੰਦੇ ਨੇ। ਖੜ ਜਾ ਜੇਲਾ ਭਾਈ ਮਨਦੀਪ, ਆ ਹੁੰਦੇ ਨੇ ਉਹ, ਆ ਮੈਨੂੰ ਪੁੱਛ ਜੀਆ ਕਹਿੰਦੇ ਨੇ ਸਾਡੇ, ਇਹ ਫੋਟੋ ਪਾਈ ਸਾਡੇ ਗੁਜੀਆ ਕਹਿੰਦੇ ਨੇ ਭਾਈ ਇਹਨੂੰ, ਤੁਹਾਡੇ ਗੁੰਦ ਮੇ ਲੱਡੂ ਪਤਾ ਨਹੀਂ ਲੈਣੇ ਆਈ ਜਾਂਦੇ ਨੇ ਲੈਣੇ ਆ ਵੀ ਜੀ। ਅੱਗੇ ਨੂੰ ਚਾਲੇ ਪਾਤੇ ਨੇ ਅਸੀਂ, ਤੇ ਇੱਧਰ ਉਸਤਾਦ ਜੀ ਬਾਏ ਵਨ ਗੈਟ ਵਨ ਫਰੀ, ਕੀ ਆ ਇਹ 50 ਦੇ ਦੋ, ਲੈ 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 ਦੋ ਹੋਰ ਲੈ ਲੈ ਫਿਰ, ਤੁਸੀਂ ਤਾਂ ਨਹੀਂ ਲੈਣੇ ਬਾਈ, ਦੱਸ ਦੋ ਉਹ ਜਲੋ ਚਿਪ ਉਹ ਹੈਗਾ ਉਰੇ, ਉਹ ਤਾਂ ਯਾਰ ਆਨਲਾਈਨ ਮਿਲਦਾ। ਟਰਾਲੀ ਔਖੀ ਭਰੂਗਾ ਭਰ ਜੂ, ਇਹ ਤਾਂ ਫੁੱਲ ਭਰ ਦੇਣੀ ਆਪਾਂ। ਹਾਂ ਤੂੰ ਇਹ ਸੋਚ ਵੀ ਇੱਕ ਰਾਹ ਤੁਹਾਨੂੰ ਆਹੀ ਲੈ ਕੇ ਜਾਣਾ ਜਿਹੜਾ ਲੈ ਕੇ ਆਏ ਆ। ਹਾਂ ਅਰਸ਼ਦੀਪ ਤੋਂ ਬਿਨਾਂ ਨੀ ਕੋਈ ਚੀਜ਼ ਲੈਂਦੇ ਇਹ, ਵੀ ਅਰਸ਼ਦੀਪ ਨੂੰ ਬਾਅਦ ਚੋਂ ਕਹਿਣਾ ਹਾਂ ਇਹਨੇ ਕਿਹਾ ਤੀ, ਲੈ ਲਓ ਲੈ ਲਓ ਲੈ ਲਓ, ਕਿੰਨੇ ਦਾ ਖੜਦੇ ਦੇਖਣ ਦੇ। ਇੱਧਰ ਸੌਦਾ ਕਰ ਰਹੇ ਹਾਂ, ਪੈਂਦਾ ਨੀ ਲੈਣਾ, ਦੱਸ ਪੰਜ ਤਾਂ ਲੈ ਲੈ, ਪੰਜ ਤਾਂ ਲੈ ਲੈ, ਫ੍ਰੀ ਨੀ ਫ੍ਰੀ ਵਾਲਾ ਮਿਲ ਗਿਆ ਇਹਨੂੰ ਰੱਖ ਜਾਂਗੇ ਫਿਰ। ਬਨਾਨਾ ਚਿਪਸ ਕਿੰਨੇ ਦੇ ਨੇ ਇਹ? ਕਿੰਨੇ ਕਨੇ? ਚੱਲ ਤੂੰ ਲੈ ਲੈ ਖਾ ਕੇ ਦੇਖ ਲਾਂਗੇ ਫਿਰ ਜੇ ਵਧੀਆ ਲੱਗੇ। ਆ ਕਿੰਨੇ ਲੈ ਲਏ ਆਪਾਂ ਖੱਟਾ ਮਿੱਠਾ? ਪੰਜ ਲੈ ਲਏ, ਪੰਜ ਲੈ ਲਏ ਹੈ, ਬਾ ਬਹੁਤ ਨੇ ਪੰਜ, ਫੇਰ ਆ ਜਾਂਗੇ। ਆਹ ਕਿੰਨੇ ਦਾ? 165 ਦਾ ਨਾ, ਫਿਰ 1 ਰੁਪਿਆ ਸਸਤਾ। ਆ ਜਾਓ ਦੇਖੀਏ ਆ ਭੂਤ ਚਿਪਸ ਚਿੱਕੀ ਇੱਕ ਕੀ ਆ ਇਹ? ਹਾਂ ਦੇਖੀ ਜਾਊ, ਲੈ ਕੇ ਜਾਣ ਦੀ ਟੈਨਸ਼ਨ ਨਾ ਕਰ, ਵਿੱਕੀ ਵਾਲਾ ਆਟੋ ਹੈਗਾ। ਕੀ ਉਹ ਤਾਂ ਉਹ ਲੱਗ ਜਾਣਾ ਉੱਥੇ, ਇਹ ਬਣਾਉਣ ਨੂੰ ਵੀਰੇ ਇਹਨੂੰ ਕੀ ਆ, ਖੋਲ ਕੇ ਪਾਊਡਰ ਜਿਹਾ ਪਾ ਲੈਣਾ, ਗੋਲਡ ਲੈ ਲਈ, ਗੋਲਡ ਹੀ ਚੱਕਦੀ ਫਿਰ, ਸਿਲਵਰ ਲੈ ਲੈਣੀ ਜੀ ਮੈਂ ਕਹਿੰਦਾ ਸਸਤੀ ਪੈ ਜਾਂਦੀ। ਕਿਹੜੇ ਲੈ ਲਾ ਫਿਰ, ਗਰਮੀ ਚ ਨੀ ਵਧੀਆ ਲੱਗਦੇ? ਫਿਰ ਕੀ ਕਰਨੇ ਨੇ ਫਿਰ ਤੂੰ ਠੰਡ ਚ ਕਾ, ਤੈਨੂੰ ਦੱਸਿਆ ਮੈਨੂੰ। ਇੱਥੋਂ ਉਹ ਲੈਣੀ ਹੈ ਇੱਕ ਆਪਾਂ, ਹੈਲੋ ਸਨ ਕਰੀਮ ਹੈਗੀ ਉਰੇ, ਆ ਚੱਕ ਲੈ ਸਸਤੀ ਜੀ, ਦੇਖ ਵੀਰੇ ਕੰਮ ਚਾਹੇ ਕਰੇ ਨਾ ਕੰਮ ਚਾਹੇ ਕਰੇ ਚਾਹੇ ਨਾ ਕਰੇ ਸਸਤੀ ਜੀ ਦੇਖ, ਤੂੰ ਕੰਮ ਚਾਹੇ ਕਰੇ ਚਾਹੇ ਨਾ ਕਰੇ ਤੂੰ ਸਸਤੀ ਜੀ ਦੇਖ, ਤੈਨੂੰ ਬਾਅਦ ਚ ਦਵਾਉਂਦੀ ਆ ਜੁੱਤੀ। ਇਹ ਸਾਰਾ ਖਰਚਾ ਇਹਦੇ ਸਿਰ ਤੇ ਪਾਉਣਾ ਆਪਾਂ, ਇਹਦੀ ਜੁੱਤੀ ਨੇ ਇੰਨੇ ਪੈਸੇ ਲਵਾਉਣੇ ਨੇ, ਆਹ ਦੇਖੋ ਆ ਦੋਈ ਕਿੰਨੇ ਦੀ ਆ, ਲੋਟਸ ਵਾਲੀ ਕਿੰਨੇ ਦੀ ਆ, ਆਓ ਦੇਖ ਪਈ। ਹਾਂ ਹਾਂ ਲੈ ਕਮਈ ਆ, ਆ ਲੈ ਦੀ ਭਾਈ ਆਪਾਂ ਲੈਕਮੀ ਦੀ, ਜਿਹੜਾ ਬੰਦਾ ਲੋਸ਼ਨ ਯੂਜ਼ ਕਰਦਾ ਵਰਤ ਕੇ ਦੇਖਾਂਗੇ, ਇੰਨੀ ਵਧੀਆ ਇਹਦਾ ਰਿਵਿਊ ਮੈਂ ਦੇਣਾ, ਮੈਂ ਯੂਜ਼ ਕਰਦੀ ਹਾਂ, ਇੰਨੀ ਵਧੀਆ ਇੰਨੀ ਬੈਸਟ ਆ, ਅੱਜ ਤੱਕ ਦੀ ਸਭ ਤੋਂ ਬੈਸਟ ਕਰੀਮ ਹੈ। ਦੇਤਾ ਆਪਾਂ ਰਿਵਿਊ ਬਸ ਆ ਦੇ ਹੁਣੇ, ਇੰਨੀ ਲੈਕਮੀ ਦੇਤਾ ਨਾ ਬਹੁਤ ਜ਼ਿਆਦਾ ਟੁੱਲ। ਹੁਣ ਆ ਗਏ ਕਰੀਮਾਂ ਤੇ,
ਹਾਂ ਹੁਣ ਗੋਰੇ ਹੋਣਾ ਮਾਮਾ ਅਰਥ ਦਾ ਚੈੱਕ ਕੁਛ ਕੀ ਮਤਲਬ ਨੁਕਸਾਨ ਕਰਦੇ ਨੇ ਇਹ ਭਾਈ ਮਾਮਾ ਅਰਥ ਵਾਲਿਆਂ ਦੇ ਕਾ ਖੋਲਤੀ ਪੋਲ ਆਪਾਂ ਲੈ ਦੇਖ ਲਓ ਹੁਣ ਆ ਗਏ ਬੁਰਸ਼ ਦੰਦ ਸਾਫ਼ ਕਰਨੇ ਨੇ ਹੁਣ ਆਪਾਂ ਲਓ ਵੀ 400 ਵਾਲੀ ਸਰਫ ਤੋਂ ਬਾਅਦ ਆਪਾਂ ਪਹੁੰਚ ਗਏ ਰਮਾਲਾ ਤੇ 400 ਦੀ ਕਿੰਨੇ ਕਿਲੋ ਦੀ 6 ਕਿਲੋ ਉਹ ਕਲਿੱਪ ਤੁਸੀਂ ਪਿਛਲੀ 'ਚ ਦੇਖ ਲਿਆ ਹੋਣਾ ਵੀ ਕੀ ਕੁਛ ਹੋ ਗਿਆ ਤੀ ਮੋਏ ਮੋਏ ਉਹ ਇੱਧਰ ਕੱਪੜੇ ਹੀ ਕੱਪੜੇ ਵੱਡੇ ਵਲੌਗਰ ਸਾਡੇ ਨਾਲ ਅੰਮ੍ਰਿਤ ਗਿੱਲ ਕੀ ਲੈਣਾ ਇਹ ਤੀ ਹੈਗੀ ਆ ਹੋਣੀਆਂ ਹੀ ਨਹੀਂ ਉਹ ਮੈਂ ਇਹਨੂੰ ਪਹਿਲੇ ਕਹਿ ਦਿੱਤੀ ਹਾਂ ਨਹੀਂ ਲੱਭੂ ਇਹ ਤਾਂ ਲੱਭੂ ਹੈਗੀ ਆ ਕਿ ਨਹੀਂ ਫਿਲਹਾਲ ਤਾਂ ਦੇਖ ਨਹੀਂ ਰਹੀ ਹੈ ਨਹੀਂ ਇਹ ਨਹੀਂ ਲੈਣੀ ਨਾ ਉਹਨੇ ਉਹਦੇ ਵਾਲੀ ਚੀਜ਼ ਤੈਨੂੰ ਮਿਲੇ ਜੀ ਅਸੀਂ ਹਾਂ ਬਈ ਮਿਲ ਨਹੀਂ ਰਹੀ ਚੱਲ ਤੂੰ ਤਾਂ ਰਹਿ ਗਈ ਯਾਰ ਬਸ ਉਹੀ ਨਹੀਂ ਗੱਲ ਉਹ ਮਤਲਬ ਉਹ ਵਿਕਦੀ ਜ਼ਿਆਦੇ ਆ ਫਿਰ ਉਹ ਜ਼ਿਆਦੇ ਵਿਕਦੀ ਆ ਫਿਰ ਉਹ ਫਿਰ ਮੁੱਕ ਗਈ ਜ਼ਿਆਦੇ ਵਿਕਦੀ ਆ ਉਹ ਚਲੋ ਵੀ ਚਲੋ ਪਿੱਛੇ ਨਹੀਂ ਪਾ ਜਾਓ ਮੋਏ ਮੋਏ ਆਹ ਡੈਡੀ ਲੈਂਡ ਨੂੰ ਕਹਿੰਦਾ ਤੀ ਚੱਕ ਲਾ ਪਹੁੰਚ ਨਹੀਂ ਰਿਹਾ ਉਹਦੇ ਥੱਲੇ ਦੀ ਔਖਾ ਹੀ ਨਿਕਲਿਆ ਕਿੰਨੇ ਦਾ ਇਹ ਡੈਡੀ ਤੇਰੇ ਭਾਈ ਆਹ 170 ਰੁਪਏ ਹੋ ਗਏ ਉਹ 70 ਕੱਲਾ 100 ਲੈਣੇ ਵਾਲੇ ਬੰਦਿਆਂ ਦੀ ਮਿਹਨਤ ਨੀ ਲੱਗੀ ਹਾਂ ਵੀ ਲੈ ਲਈ ਬੋਤਲ ਕਹਿੰਦਾ ਮਿਲਟਨ ਵਾਲੀ ਹਾਂ ਮੇਰੇ ਕੋਲ ਵੀ ਮਿਲਟਨ ਦੀ ਹੈਗੀ ਜਿਹੜੀ ਘਰੇ ਉਹ ਆ ਕਿੰਨੇ ਦੀ ਆ ਹੁਣ ਇਹ ਕਿੰਨੇ ਦੀ ਆ ਵੀਰੇ ਕਿੰਨੇ ਦੀ ਆ 1200 ਦੀ ਆ ਗੜਤਾ ਫਿਰ ਕਿਹੜਾ ਜੂਸਰ ਪੁੱਛ ਲਾ ਮੰਮੀ ਤੋਂ ਹੁਣੇ ਪੁੱਛ ਲਾ ਫੋਨ ਲਾ ਫੋਨ ਕਿਹੜਾ ਲਾ ਫੋਨ ਲੈਣਾ ਲੈ ਲਾ ਵਧੀਆ ਲੱਗਦਾ ਆਜੂ ਤੇਰੇ ਸਹਿਜ ਬਣਾ ਲਈ ਆਹ ਵਲਟਾ ਉਹ ਫੈਸ਼ਨ ਬੁਟੀਕ ਵਾਲੇ ਖੜੇ ਨੇ ਕੋਲ
ਬਾਲਟੋ ਫੈਸ਼ਨ ਬੁਟੀਕ ਦੇ ਇੰਪਲੋਏ ਮਿਸਿਸ ਗੁਰਪ੍ਰੀਤ ਕੌਰ ਸਾਡੇ ਦਰਮਿਆਨ ਦੇਖਦੇ ਹੋਏ ਸਹਿਜ ਕਹਿੰਦੇ ਅੱਖਾਂ ਦਾ ਮਿਣ ਕੇ ਹੀ ਦੱਸ ਦਿੰਦੇ ਨੇ ਵੀ ਕੀ ਸਹਿਜ ਆਊ ਕੀ ਨਹੀਂ। ਲਓ ਜੀ ਦੱਸਤਾ ਕਹਿੰਦੇ ਇਹ ਨਹੀਂ ਆਉਣਾ, ਆਜੂ ਆਓ ਕਹਿੰਦੇ ਆ ਜਾਣਾ ਭਾਈ, ਕਹਿੰਦੇ ਪੂਰਾ ਪੂਰਾ ਆਊਗਾ ਫਿੱਟ। ਇੱਕ ਕਹਿੰਦੇ ਉਹ ਦੇਖ ਲਓ ਪਏ ਪਏ ਦਾ ਸਹਿਜ ਦੱਸਤਾ ਕਹਿੰਦੇ ਆ ਵੀ ਆਊ। ਦੁਸ਼ਹਿਰਾ ਗਰਾਊਂਡ 'ਚ ਜਿਵੇਂ ਰਾਵਣ ਦੇ ਝੱਗੇ ਪਾਏ ਹੁੰਦੇ ਨੇ ਉਹ ਲੱਭ ਰਹੇ ਨੇ, ਅੱਗੇ ਦੁਸ਼ਹਿਰਾ ਆ ਰਿਹਾ। ਲਓ ਭਾਈ ਮੈਨੂੰ ਲੱਗਦਾ ਪਹਿਲਾਂ ਆਪਾਂ ਨੂੰ ਪਿੰਡ ਦਾ ਗੇੜਾ ਲਾ ਕੇ ਆਉਣਾ ਪੈਣਾ ਇੱਕ ਉਰੋਂ ਹੈ ਵੀਰੇ, ਮੈਨੂੰ ਲੱਗਦਾ ਪਿੰਡ ਦਾ ਗੇੜਾ ਲਾ ਕੇ ਆਉਣਾ ਪੈਣਾ ਪਹਿਲਾਂ। ਰੁਪਿੰਦਰ ਉਹ ਨਹੀਂ ਹੁੰਦੇ ਉਰੇ ਲੈਣੇ ਆ ਦੇਖ ਭਾਈ, ਫੁੱਲ ਰੁਪਏ ਪੰਜਾਹ ਦਾ ਚੱਕ ਭਾਈ, ਸਹੀ ਗੱਲ ਉਹ ਥੱਲੇ ਵਾਲਾ ਹੀ ਮਹਿੰਗਾ, ਆ ਵੀ 129 ਦਾ ਥੱਲੇ ਵਾਲਾ ਮਹਿੰਗਾ ਦੇਖ ਲੈ ਲਿਖੇ ਹੋਵੇ ਤੇ ਇਹਨਾਂ ਦੇ ਵਿੱਚ। ਲੈ ਭਾਈ ਸ਼ਰਾਬ ਬਣ ਗਈ ਦਿਖਾਈ ਤੇ ਇੱਧਰ ਠੀਕ ਆ। ਇਹੋ ਜਿਹਾ ਤੇਰੇ ਕੋਲ ਹੈਗੀ ਆ ਨਾ ਫੇਰ ਮੰਗੇ ਕਾ ਤਾਂ ਲੈ ਨਹੀਂ ਆ ਤੇ ਨੰਗ ਨਹੀਂ ਹੁੰਦਾ, ਨੰਗ ਨਹੀਂ ਹੁੰਦਾ, ਨੰਗ ਨਹੀਂ ਹੁੰਦਾ। ਹਾਂ ਆ ਘੈਂਟ ਨੇ ਗੰਗਾਧਰ 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 ਚਲੋ ਵੀ ਖੜ ਜਾ ਜੇ ਸਹੀ ਗੱਲ ਸਹੀ ਗੱਲ ਨਾ ਰੋਜ਼ ਪੱਥਰ ਸਾਫ਼ ਹੋਇਆ ਕਰੂ ਉੱਪਰ ਰੋਜ਼ ਦੇਖ ਲੈ ਲੈਣੀ ਆ ਸਮਾਨ ਆਪਾਂ ਲੈ ਕੇ ਵੀ ਜਾਣਾ ਵੀ ਦੇਖ ਲਿਓ ਹੋ ਗਿਆ ਤਾਂ ਰਾਹ ਛੱਡਣਾ ਪੈ ਜਾਵੇ ਇਹ ਮਾੜੀ ਆ ਰਹਿਣ ਦੋ ਚਲੋ ਲਓ ਭਾਈ ਗੱਡੀ ਫੁੱਲ ਭਰ ਗਈ ਮਿੱਟੀ ਟਾਲੀ ਵਾਂਗੂ ਭਰ ਲਈ ਪਰਸ ਵੀ ਨਾਲ ਰੱਖਿਆ ਹੋਇਆ ਪਰਸ ਮੈਂ ਨਾਲ ਹੀ ਰੱਖਿਆ ਹੋਇਆ ਪੈਸੇ ਵਾਲਾ ਇਹ ਤਾਂ ਸੱਜਣਾ ਕੋਈ ਗੱਲ ਨਹੀਂ ਹੋਈ ਆਈ ਐਮ ਜੋਕਿੰਗ ਇਹ ਤਾਂ ਤੂੰ ਚੰਗਾ ਮਜ਼ਾਕ ਕੀਤਾ ਸਾਡੇ ਨਾਲ ਇਹਨਾਂ ਇਹਨਾਂ ਨੇ ਸਮਾਨ ਵੀ ਉੱਥੇ ਰਖਾਉਣਾ ਸੀ ਚੱਕਿਆ ਰੱਖੋ ਉੱਥੇ ਚੱਕੋ ਹੋਰ ਚੱਕ ਭਾਈ ਆ ਪਿਆ ਬਿੱਲ ਆ ਪਿਆ ਸਮਾਨ
ਰੇੜੀ ਲਾ ਦੋ ਸਾਈਡ ਤੇ, ਹਾਂ ਇਹਨੂੰ ਪਾ ਲਓ। ਚੱਲ ਪਾਓ ਇਹਨੂੰ, ਕਾਹਦੇ ਪਾਉਣਾ ਹੁਣ, ਛੋਟੇ ਨੇ ਨਾ ਕਿ ਨਹੀਂ ਛੋਟੇ, ਮਿੱਠੇ ਹੁੰਦੇ ਮਿੱਠੇ, ਕੱਕ ਭਾਈ ਦੇਖੋ ਨਾ ਸਮੋਸੇ ਲੱਗਦੇ ਹੋ ਇਹ, ਚੱਕ ਭਾਈ ਲਓ ਭਾਈ, ਆ ਗਏ ਕੀ ਕਿਵੇਂ ਨੇ ਹਾਂ ਵੀ ਕਿਵੇਂ ਨੇ ਫਿਰ, ਠੀਕ ਨੇ ਵਧੀਆ ਨੇ ਹੈਗਾ ਲੱਡੂ ਇੱਕ ਤਰ੍ਹਾਂ ਦਾ ਇਹ ਜਾਣੀ ਐਸ ਗਰੀਬ ਨਿਕਲੀ ਕਿਵੇਂ ਦੀ ਉਹ ਚੋ, ਇੱਧਰ ਐਸ ਗਰੀਬ ਲੈ ਲਈ ਬੰਦੇ ਨੇ, ਇੱਧਰ ਪੌਪਕੌਰਨ ਲੈ ਲਏ, ਮੈਨੂੰ ਇਹਨਾਂ ਨੇ ਕੁਛ ਨੀ ਦਵਾਇਆ, ਉਹ ਪੈਸੇ ਇਹ ਬੰਦੇ ਨੇ ਦਿੱਤੇ, ਬੈਂਚ ਬੜੋਕਣ ਲਈ ਇਹ ਬਿਠਾਇਆ, ਪੰਜਾਬੀ ਨੇ ਪੰਜਾਬੀ ਆ ਉਹ ਪਿੱਛੇ ਦੇਖੋ ਕੀ ਲਿਖਿਆ ਹੋਇਆ, ਆ ਬੈਠੇ ਕੌਣ ਨੇ ਦੋ, ਇਹ ਦੇਖ ਲਓ ਦੋ, ਉਹ ਤੀਜਾ ਵੀ ਆ ਕੇ ਬਹਿ ਗਿਆ, ਉਹ ਪਿੱਛੇ ਪੜ੍ਹਨਾ ਨੀ ਆਉਂਦਾ ਤੁਹਾਨੂੰ, ਸੀਨੀਅਰ ਕੌਣ ਲਓ ਜੀ, ਸ਼ੋਪਿੰਗ ਕਰਕੇ ਡੀ ਮਾਰਟ ਤੋਂ ਆ ਗਏ ਆਪਾਂ ਬਾਹਰ, ਤੇ ਕੀ ਲਿਆ ਵੀ ਆਪਾਂ ਦਿਖਾਓ, ਤੇ ਹੁਣ ਆਪਾਂ ਅੱਗੇ ਨੂੰ ਜਾ ਰਹੇ ਹਾਂ, ਪਤਾ ਨੀ ਕਿੱਧਰ ਨੂੰ ਜਾਣਾ, ਕਿੱਧਰ ਨੂੰ ਜਾਣਾ ਵੀ ਮੁੰਡਿਓ, ਲੰਗਰ ਲੁੰਗਰ ਲੱਭਦੇ ਹਾਂ ਕੋਈ, ਜੇ ਕਿਤੇ ਮਿਲ ਗਿਆ ਨਵਾਂ ਤਾਂ ਉਹੀ ਆ, ਲੰਗਰ ਖਲਾਉਂਦੇ ਆ ਇਹਨਾਂ ਨੂੰ, ਫਿਰ ਆਪਾਂ ਲਾਏ ਜਿਹੜੇ ਇਹਨਾਂ ਨੂੰ ਘਰੇ ਤੇ ਦਿੰਦੇ ਆ ਤੁਹਾਨੂੰ, ਅੱਗੇ ਦੀ ਰਿਪੋਰਟ ਬਣਦਾ ਕਿੱਥੇ ਜਾਂਦੇ ਆ, ਪਹਾੜਾਂ ਵੱਲ ਆਏ ਕੰਮ ਹੋਇਆ, ਮੁੜ ਕੇ ਕਬੇੜੀ ਵਾਲਾ ਦੇ ਜੜ ਪਹਾੜਾ ਚੋਂ ਮੁੜ ਕੇ ਗਏ ਜੜ ਕਬੇੜੀ ਵਾਲੇ ਨੇ ਆਪਾਂ ਚੱਕ ਲਿਆ, ਲੈਣਾ ਕੁੜੀ ਦੀ ਜੁੱਤੀ ਆਏ ਤੀ, ਇਹਨੇ ਇਕੱਲੀ ਨੇ ਜੁੱਤੀ ਨਹੀਂ ਲਈ, ਬਾਕੀ ਸਾਰਿਆਂ ਦਾ ਇਹਨੇ ਲਵਾਤਾ, ਆਹ ਬੰਦੇ ਨੂੰ 1200 ਦੀ ਇਹਦੇ ਬੋਤਲ ਦਵਾ ਦਿੱਤੀ, ਤੇ ਚਲੋ ਦੇਖਦੇ ਹਾਂ ਹੁਣ ਮਿਲਦੇ ਹਾਂ ਤੁਹਾਨੂੰ ਫਿਰ ਅੱਗੇ ਜਾ ਕੇ ਮਿਲਦੇ ਹਾਂ, ਹੁਣ ਦੇਖਦੇ ਹਾਂ ਕਿੱਥੇ ਜਾਂਦੇ ਹਾਂ, ਲਓ ਬਈ ਭਰ ਲਏ ਬੈਗ, ਦੋ ਹੀ ਚੀਜ਼ਾਂ ਚਾਹੀਦੀਆਂ, ਹਾਂ ਦੋ ਹੀ ਚੀਜ਼ਾਂ ਚਾਹੀਦੀਆਂ, ਖਾਣ ਪੀਣ ਦਾ ਕੱਪੜੇ ਬਸ, ਹੁਣ ਜਾਣਾ ਕਿੱਥੇ ਉਹ ਤੋਂ ਦੱਬ ਲਓ,
ਲੈ ਭਾਈ ਹੁਣ ਜਾਣਾ ਕਿੱਥੇ ਆ? ਲਓ ਭਾਈ ਖੰਨੇ ਪਹੁੰਚ ਗਏ, ਖੰਨੇ ਪਹੁੰਚ ਗਏ, ਪਰ ਆਏ ਨੀ ਪਤਾ ਕਿੱਥੇ ਜਾਣਾ ਹਜੇ, ਮੰਜ਼ਿਲ ਡਿਸਾਈਡ ਨਹੀਂ ਹੋਈ ਅਜੇ। ਚੱਕੋ ਬਈ ਅਸੀਂ ਬੈਗ ਭਰਾ ਰੱਖਦੇ, ਕੋਈ ਗੱਲ ਨਹੀਂ ਜੇ ਬੈਗ ਭਰਾ ਰੱਖਦੇ ਕੋਈ ਚੱਕਰ। ਹੁਣ ਬਾਹਰ, ਹੁਣ ਬਾਹਰ ਜਾਣਾ ਬਸ। ਲੈ ਭਾਈ ਡੋਮੀਨੋ ਜਾਣਾ ਦੇ, ਕੋਈ ਨਾ ਕੋਈ ਨਾ ਡੋਮੀਨੋ ਜਾਣਾ ਦੇ, ਡੋਮੀਨੋ ਜਾਣਾ ਦੇ। ਇੱਧਰ ਸਵੀਗੀ ਵਾਲੇ ਆ ਗਏ ਭਾਈ। ਨਿਕਲ ਗਏ ਡੀ ਮਾਰਟ ਤੋਂ, ਆਪਾਂ ਪਹੁੰਚ ਗਏ, ਜਾਣਾ ਸੀ ਅਸੀਂ ਸਾਗਰ ਦੀ ਵਹੁਟੀ ਕੋਲ, ਸਾਗਰ ਰਤਨਾ ਦੇ ਪਹੁੰਚ ਗਏ ਅਸੀਂ ਬਿੱਕਰ ਬਦਮਾਸ਼ ਕੋਲ। ਨਾ ਨਾ ਸਾਗਰ ਦੀ ਵਹੁਟੀ ਕੋਲ ਜਾਣਾ ਸੀ, ਪਹੁੰਚ ਗਏ ਬਿੱਕਰ ਬਦਮਾਸ਼ ਕੋਲ। ਅਤੇ ਆਹ ਬੰਦੇ ਵੀ ਆਪਣੇ ਨਾਲੇ ਪਹੁੰਚ ਗਏ, ਖੰਨੇ ਪਹੁੰਚ ਚੁੱਕੇ ਹਾਂ ਆਪਾਂ। ਅਤੇ ਆਹ ਦਿੱਤਾ, ਆਹ ਦਿੱਤਾ ਆਪਾਂ ਨੂੰ ਇਹਨਾਂ ਨੇ 1000 ਦਾ, ਇਹ ਰਾਜ ਕਚੌਰੀ ਹੈ ਇਹਨੂੰ। ਆਹ ਮੁੰਡੇ ਨੂੰ ਅਸੀਂ ਨਵੀਂ ਡਰਿੰਕ, ਕਿਤੇ ਮੋਏ ਮੋਏ ਦਾ ਹੋ ਜਾਵੇ ਨਾ, ਉੱਥੇ ਵਾਂਗੂ ਸਟਾਰਬਕ ਵਾਂਗੂ। ਅਤੇ ਦੇਖਦੇ ਹਾਂ ਹੁਣ ਆਏ ਅਤੇ ਔਡਰ ਤੁਹਾਨੂੰ ਦਿਖਾਉਂਦੇ ਹਾਂ ਵੀ ਕੀ ਬਣਦਾ। ਲਓ ਬਈ ਫਾਈਨਲੀ ਪਹੁੰਚ ਗਏ ਮੰਜ਼ਿਲ ਦੇ। ਖੰਨਾ ਵੀ ਦਿਖਾਵਾਂਗੇ ਅਤੇ ਨਾਲ ਆਪਣੇ ਆਹ ਬੰਦੇ ਨੇ ਇੱਧਰ ਕੀ ਮੰਗਾ ਲਿਆ ਫਿਰ? ਬੱਲੇ ਬੱਲੇ ਨਾ ਹੀ ਬਹੁਤ ਔਖਾ, ਨਾ ਹੀ ਬਹੁਤ ਔਖਾ ਪੀਤਾ ਜਾਊਗਾ। ਨਿੰਬੂ ਵਾਲਾ ਆ ਗਿਆ, ਆ ਗਿਆ ਬਾਈ ਲੈ, ਉਹ ਬਾਈ ਲੈ ਵੀ ਆਇਆ ਇੱਧਰ ਦਿਖਾਈ ਦਿੰਦੇ ਆਪਾਂ। ਚੱਕੋ ਭਾਈ ਦੇਖਦਾ, ਇਕੱਲਾ ਹੀ ਦੇਖਦਾ ਆਪਣਾ ਨਿੰਬੂ ਪਾਣੀ। ਆ ਗਿਆ ਭਾਈ ਅੱਧਾ ਆਰਡਰ, ਸਾਡੇ ਵਾਲੇ ਪੈਕ ਹੋ ਗਿਆ ਇਹਦੇ। ਆਹ ਮੁੰਡੇ ਦਾ ਇਕੱਲਾ ਹੀ ਗਿਆ, ਕਹਿੰਦਾ ਸਭ ਤੋਂ ਔਖੀ ਚੀਜ਼ ਮੰਗਾਉਣੀ ਆ ਮੈਂ, ਕਹਿੰਦਾ ਸਭ ਤੋਂ ਔਖੀ ਚੀਜ਼ ਮੰਗਾਉਣੀ ਇਹਨੇ, ਆਹ ਇਹਦੀ ਔਖੀ ਚੀਜ਼ ਵਿੱਚ ਜਲ ਜੀਰਾ ਪਾ ਕੇ ਪੀਣ ਤਾਂ ਪੀਣ ਤਾਂ ਟੇਸਟ ਕਰੀ ਮਾੜਾ ਜਾ ਬਰਫ ਪਾਈਏ, ਕੋਲਡ ਕਰਾਈਏ। ਉਹਦਾ ਗਲਾ ਦੁਖ ਰਿਹਾ। ਆਪਣੇ ਆਪ ਨੂੰ ਆਪੇ ਸਰਵਿਸ। ਲਓ ਜੀ ਆਹ ਆ ਗਈ ਰਾਜ ਕਚੌਰੀ, ਬਿੱਕਰ ਬਦਮਾਸ਼ ਦੀ ਸਪੈਸ਼ਲ, ਬਿੱਕਰ ਬਿੱਕਰ ਬਦਮਾਸ਼ ਦੀ ਰਾਜ ਕਚੌਰੀ। ਸਰਵ ਕਰੋ ਸਰਵ, ਨਹੀਂ
ਗੋਲ ਗੱਪਿਆ ਤੇ ਦਹੀਂ ਪਾ ਕੇ ਆ ਕਰੀ ਜਾਂਦੇ ਨੇ ਗੋਲ ਗੱਪੇ ਦਹੀਂ ਪਾਇਆ ਵਿੱਚ ਦੇਖੇ ਖਾਲੀ ਆ ਬਿਕਰ ਬਦਮਾਸ਼ ਜਿਓ ਨਿਕਲ ਗਏ ਹੁਣ ਆਪਾਂ ਚੱਲੇ ਖੰਨੇ ਵੱਲ ਨੂੰ ਖੰਨੇ ਮਤਲਬ ਬਾਜ਼ਾਰ ਵੱਲ ਨੂੰ ਹੈਗੇ ਤਾਂ ਹੁਣ ਵੀ ਖੰਨੇ ਹੀ ਆ ਅਤੇ ਖੰਨੇ ਚੱਲੇ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਹੁਣ ਖੰਨੇ ਜਾ ਕੇ ਕੀ ਬਣਦਾ ਨੂੰ ਜਾ ਕੇ ਦਿਖਾਉਂਦੇ ਹਾਂ ਕੀ ਬਣਦਾ ਉਹ ਪਾਰਟ ਟੂ 'ਚ ਦਿਖਾਵਾਂਗੇ ਆਹ ਵੀਡੀਓ ਲੰਬੀ ਹੋ ਜਾਂਦੀ ਹੈ ਨਾ ਪਾਰਟ ਟੂ 'ਚ ਦਿਖਾਵਾਂਗੇ ਉਹ ਲਿਫਾਫੇ ਚੱਕਦੇ ਸਾਰੇ ਚਲੋ ਮਿਲਦੇ ਹਾਂ ਖੰਨੇ ਬੀਕਾਨੇਰ ਵਾਲਾ ਤੋਂ ਸਿੱਧਾ ਲੈਫਟ 'ਤੇ ਦੱਬ ਭਾਈ ਖੁੱਲ ਜਾ ਸਿਮਸਨ ਖੁੱਲ ਜਾ ਸਿਮਸਨ ਖੁੱਲ ਜਾ ਓ ਖੁੱਲ ਜਾ ਭੁੱਲ ਗਏ ਲਿਫਾਫਾ ਲਫੂਫਾ ਲਿਫਾਫਾ ਲਫੂਫਾ ਨਹੀਂ ਭੁੱਲ ਗਏ ਡੀ ਮਾਰਟ ਵਾਲੀ ਸ਼ੋਪਿੰਗ ਆ ਇਹ ਤੁਹਾਨੂੰ ਇੱਕ ਆ ਬੈਗਾ ਮੁੰਡੇ ਕੋਲ ਇਹ ਤੁਹਾਨੂੰ ਇਸੇ ਪਾਰਟ 'ਚ ਦਿਖਾ ਦਾਂਗੇ ਨਾ ਅਤੇ ਦੂਜਾ ਖੰਨੇ ਵਾਲਾ ਤਾਂ ਪਾਰਟ ਦੂਜੇ 'ਚ ਹੋ ਜਾਣਾ ਕੰਮ ਇਹ ਨਹੀਂ ਖੁੱਲਦੀ ਭਾਈ ਉਹ ਪਰਲੀ ਨੂੰ ਮਿਲ ਚੱਲ ਭਾਈ ਬੇਸਮੈਂਟ ਹੀ ਦਵਾ ਦਿੰਦੇ ਆ ਹੁਣ ਆ ਝੂਲਾ ਲੈਣਾ ਨੇ ਡੀ ਮਾਰਟ ਚ ਮੁੰਡਾ ਲੈਣ ਲੱਗਿਆ ਹੈ ਸਰਦਾਰ ਜੀ ਸੀਗਾ ਉਹ ਇਧਰ ਨੀਚੇ ਜਾਊਗੇ ਬੇਸਮੈਂਟ ਤੇ ਜਾਣੀ ਥੱਲੇ ਜਾਊਗੇ ਵੀਰੇ ਹਾਂ ਜੀ ਹਾਂ ਥੱਲੇ ਜਾਊਗੇ ਬੇਸਮੈਂਟ ਲਓ ਜੀ ਆ ਲਿਆਂਦਾ ਆਪਾਂ ਸਮਾਨ ਕੁਛ ਇੱਧਰ ਲਿਫਾਫੇ ਪਏ ਨੇ ਹਲੇ ਗਰਬੀ ਦਾ ਉੱਥੇ ਕਰ ਲਾ ਦੇ ਜਿਹੜਾ ਹੈਗਾ ਤੇਰਾ ਉਸਤਾਦ ਜੀ ਹੁਣੇ ਉੱਠ ਕੇ ਆ ਚੁੱਕੇ ਨੇ ਮਦਾਨ ਚ ਆ ਗਏ